ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਜ਼ਮਾਨਤ ਤੇ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਕੀਤੀ ਪਹਿਲੀ ਪ੍ਰੈਸ ਕਾਨਫਰੰਸ, ਭਾਜਪਾ ਦੀ ਕੇਂਦਰ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ। ਕੇਜਰੀਵਾਲ ਦੀ ਪ੍ਰੈਸ ਕਾਨਫਰੰਸ 'ਚ ਸ਼ਾਮਿਲ ਹੋਏ ਸੀਐਮ ਮਾਨ ਨੇ ਕੀਤਾ ਵੱਡਾ ਦਾਅਵਾ, ਕਿਹਾ ਆਮ ਆਦਮੀ ਪਾਰਟੀ ਤੋਂ ਬਿਨਾਂ ਨਹੀਂ ਬਣੇਗੀ ਸੈਂਟਰ 'ਚ ਸਰਕਾਰ। ਨਗਰ ਨਿਗਮ ਦਾ ਨੋਟਿਸ ਮਿਲਣ ਤੋਂ ਬਾਅਦ ਬਿੱਟੂ ਨੇ ਘਰ ਕੀਤਾ ਖਾਲੀ, ਕਿਹਾ ਘਰ ਅਤੇ ਗਹਿਣੇ ਗਿਰਵੀ ਰੱਖ ਕੇ ਦੇ ਰਿਹਾ 2 ਕਰੋੜ ਦੀ ਰਕਮ। ਰਵਨੀਤ ਬਿੱਟੂ ਦੇ ਘਰ ਖਾਲੀ ਕਰਨ ਨੂੰ ਲੈ ਕੇ ਵੜਿੰਗ ਨੇ ਦਿੱਤਾ ਬਿਆਨ, ਕਿਹਾ 2016 ਤੋਂ ਨਹੀਂ ਦਿੱਤਾ ਸੀ ਬਿੱਟੂ ਨੇ ਕਰਾਇਆ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਬੀਤੇ ਦਿਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਤਿਮ ਜ਼ਮਾਨਤ ਤੇ ਬਾਹਰ ਆਏ ਨੇ। 50 ਦਿਨ ਬਾਅਦ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਇਸ ਮੌਕੇ ਉਹਨਾਂ ਨੇ ਕਨੌਟ ਪਲੇਸ ਦੇ ਵਿੱਚ ਸਥਿਤ ਸ੍ਰੀ ਹਨੂੰਮਾਨ ਮੰਦਿਰ ਵਿਖੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦਾ ਇਕੱਠ ਵੀ ਮੌਜੂਦ ਸੀ ਤੇ ਉਹਨਾਂ ਨੇ ਭਾਜਪਾ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ। ਆਪਣੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੇ 4 ਟੌਪ ਦੇ ਨੇਤਾ ਜੇਲ੍ਹ ਵਿੱਚ ਸੁੱਟ ਦਿੱਤੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਖਤਰਾ ਹੈ ਆਮ ਆਦਮੀ ਪਾਰਟੀ ਤੋਂ। ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਕੋਈ ਵੀ ਮੌਕਾ ਨਹੀਂ ਛੱਡ ਰਹੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦਾ। ਇਸ ਮੌਕੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜੇ ਕੋਈ ਮਿਲਣ ਚਾਹੁੰਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੀਆਂ ਬਹੁਤ ਤਾਰੀਫਾਂ ਕਰਦੇ ਨੇ। एक छोटी सी पार्टी है, 2 राज्यों के अंदर है, अभी 10 साल पुरानी पार्टी है। हमारी पार्टी को कुचलने में, खत्म करने में प्रधानमंत्री जी ने कोई कसर नहीं छोड़ी। एक साथ हमारी पार्टी के 4 टॉप के नेता जेल भेज दिए एक साथ। अरविंद केजरीवाल, मनीष सिसोदिया, संजय सिंह, सतेंद्र जैन, बड़ी बड़ी पार्टियों के अगर 4 टॉप के नेता जेल चले जाएं, पार्टी खत्म हो जाती है। आम आदमी पार्टी के 4 टॉप के नेता इन्होंने जेल भेज दिया। उन्होंने सोचा कि पार्टी खत्म हो जाएगी, लेकिन ये पार्टी नहीं है, ये एक सोच है। जितना ये खत्म करना चाहते हैं उतना ये बढ़ती जाती है, उतना ये बढ़ती जाती है। ये क्रश करना चाहते हैं प्रधानमंत्री जी आम आदमी पार्टी को। जो लोग मोदी जी से मिलने जाते हैं, वो कई लोग हमें भी जानते हैं, वो बाहर आके हमें बताते हैं कि आपके बारे में सबसे पहले मोदी जी से जो भी मिलने जाता है सबसे पहले वो केजरीवाल की और आम आदमी पार्टी की 10 से 15 मिनट बात करते हैं। उनको कहते हैं कि आने वाले समय के अंदर आम आदमी पार्टी ही देश को भविष्य देने वाली है, वो खुद भी मानते हैं। इसीलिए वो चाहते हैं कि आज ही आम आदमी पार्टी को बढ़ने से रोका जाए, इनको कुचल दिया जाए। ये तानाशाही है। ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਤਰਿਮ ਜ਼ਮਾਨਤ ਤੇ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੇਖਣਾ ਇਹ ਹੋਵੇਗਾ ਕਿ ਚੋਣ ਪ੍ਰਚਾਰ ਕਰਨ ਦਾ ਸਮਾਂ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਰਣਨੀਤੀ ਕੀ ਹੋਵੇਗੀ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਵਾਸਤੇ ਦਿੱਲੀ ਵਿਖੇ ਰਵਾਨਾ ਹੋ ਗਏ ਸਨ ਤੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਵੀ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋਂ ਬਾਹਰ ਆ ਕੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਮੌਕੇ ਲੋਕਾਂ ਨੂੰ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਨੂੰ ਖਤਰਾ ਹੈ। ਉਨ੍ਹਾਂ ਦੱਸਿਆ ਕਿ ਤਾਨਾਸ਼ਾਹੀ ਜੇਕਰ ਕੋਈ ਬੰਦ ਕਰ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ ਕੇਜਰੀਵਾਲ ਨੇ। ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਸਨ। ਇਸ ਮੌਕੇ ਆਏ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਆਮ ਆਦਮੀ ਪਾਰਟੀ ਤੋਂ ਬਿਨਾਂ ਸੈਂਟਰ ਦੇ ਵਿੱਚ ਸਰਕਾਰ ਨਹੀਂ ਬਣੇਗੀ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 3 ਰਾਊਂਡ ਦੀਆਂ ਵੋਟਾਂ ਤੋਂ ਬਾਅਦ ਪਤਾ ਲੱਗ ਚੁੱਕਾ ਹੈ ਕਿ ਇਸ ਵਾਰ ਬੀਜੇਪੀ ਦਾ ਬੇੜਾ ਵੀ ਪਾਰ ਨਹੀਂ ਹੋ ਰਿਹਾ। ਨਾ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਕੁਝ ਹੀ ਅਜਿਹੇ ਸ਼ਬਦ ਨੇ ਜਿਨ੍ਹਾਂ ਦੀ ਉਹ ਵੋਟਾਂ ਵੇਲੇ ਵਰਤੋਂ ਕਰਦੇ ਨੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਉਹ ਦੇਖੋ ਕਿਤਨਾ ਅੱਛਾ ਨਾਰਾ ਲਿਖਾ ਹੋਇਆ, ਬੀਜੇਪੀ ਕਾ ਬੁਰਾ ਹਾਲ ਬਾਹਰ ਆ ਗਏ ਕੇਜਰੀਵਾਲ। ਆਪਕਾ ਯੂਥ ਵਿੰਗ ਹੈ, ਉਹਨਾਂ ਨੇ ਲਿਖਾ ਹੈ। ਸੋ ਦੋਸਤੋ, ਤਾਨਾਸ਼ਾਹੀ ਕਾ ਏਕੀ ਕਾਲ ਕੇਜਰੀਵਾਲ, ਕੇਜਰੀਵਾਲ ਜੋ ਤਾਨਾਸ਼ਾਹੀ ਦੇਸ਼ ਮੇ ਫੈਲ ਰਹੀ ਥੀ। ਅਬ ਮੈਂ ਉਸਕੇ ਸਾਥ ਥੀ ਲਗਾਉਂਗਾ, ਕਿਉਂਕਿ ਪਹਿਲੇ 3 ਰਾਊਂਡ ਮੇ ਆਪਕੋ ਖੁਸ਼ਖਬਰੀ ਬਤਾ ਦੇਤਾ ਹੂੰ, ਪਹਿਲੇ 3 ਰਾਊਂਡ ਮੇ ਮੋਦੀ ਜੀ ਕੋ ਪਤਾ ਚਲ ਗਿਆ ਕਿ ਅਬ ਕੀ ਬਾਰ 400 ਬਾਰ ਨਹੀਂ, ਬੇੜਾ ਪਾਰ ਵੀ ਨਹੀਂ। 400 ਪਾਰ ਤੋਂ ਦੂਰ ਕੀ ਬਾਤ ਹੈ, ਬੇੜਾ ਪਾਰ ਨਹੀਂ ਹੋ ਰਹਾ। ਆਪ ਵਿਪਕਸ਼ ਕੇ ਨੇਤਾਓਂ ਕੋ ਅੰਦਰ ਕਰਕੇ ਜੀਤਨਾ ਚਾਹਤੇ ਹੋ, ਆਪ ਵਿਪਕਸ਼ ਕੇ ਨੇਤਾਓਂ ਪਰ ਪਰਚੇ ਕਰਕੇ ਈਡੀ ਕੇ ਛਾਪੇ ਮਾਰ ਕੇ ਜੀਤਨਾ ਚਾਹਤੇ ਹੋ। ਐਸਾ ਨਹੀਂ ਹੋਗਾ, ਕਿਉਂਕਿ ਲੋਕਤੰਤਰ ਹੈ, ਲੋਕਤੰਤਰ ਮੇਂ ਲੋਕ ਬੜੇ ਹੈ। ਜਬ ਵੀ ਕਿਸੀ ਨੇਤਾ ਨੇ ਯੇ ਭਰਮ ਪਾਲਾ ਕਿ ਮੈਂ ਲੋਗੋਂ ਸੇ ਬੜਾ ਹੂੰ, ਤਭੀ ਲੋਗੋਂ ਨੇ ਉਸਕਾ ਭਰਮ ਨਿਕਾਲਾ, ਕਿਉਂਕਿ ਲੋਕਤੰਤਰ ਮੇਂ ਲੋਕ ਜਬ ਚਾਹੇ ਆਦਮੀ ਅਰਸ਼ ਪਰ, ਲੋਕ ਜਬ ਚਾਹੇ ਆਦਮੀ ਫਰਸ਼ ਪਰ। 4 ਜੂਨ ਕੋ ਤਿਆਰੀ ਕਰ ਲੀਜੀਏ, 4 ਜੂਨ ਕੋ ਸੈਂਟਰ ਮੇਂ ਆਮ ਆਦਮੀ ਪਾਰਟੀ ਕੇ ਬਿਨਾ ਸਰਕਾਰ ਨਹੀਂ ਬਣ ਪਾਏਗੀ। ਟੈਸਟ ਮੇਂ ਕਿ ਦੇਸ਼ ਕੋ ਤਾਨਾਸ਼ਾਹੀ ਸੇ ਕਿਸਨੇ ਬਚਾਇਆ, ਦੇਸ਼ ਕੋ ਤਾਨਾਸ਼ਾਹੀ ਸੇ ਔਰ ਲੋਕਤੰਤਰ ਕੋ ਔਰ ਸੰਵਿਧਾਨ ਕੋ ਬਚਾਨੇ ਮੇਂ ਸਬਸੇ ਬੜਾ ਯੋਗਦਾਨ ਕਿਸਕਾ ਹੈ, ਤੋ ਉਸਮੇਂ ਆਏਗਾ ਅਰਵਿੰਦ ਕੇਜਰੀਵਾਲ ਔਰ ਦਿੱਲੀ ਕੀ 2 ਕਰੋੜ ਜਨਤਾ। ਯੇ ਸਹੀ ਉੱਤਰ ਹੋਗਾ, ਇਸਕੇ ਪੂਰੇ ਨੰਬਰ ਮਿਲੇਗੇ। ਫਿਰ 6.5 ਲੱਖ ਹੈ ਹਿੰਦੀ ਕੇ ਬਾਅਦ ਸ਼ਬਦ, ਲੇਕਿਨ ਪ੍ਰਧਾਨ ਮੰਤਰੀ ਕੇ ਬਾਅਦ 10-12 ਹੈ ਬਸ। ਵੋਹੀ ਬੋਲਤਾ ਹੈ, ਵੋ ਵੀ ਇਲੈਕਸ਼ਨ ਕੇ ਸਮੇਂ। ਕਿਆ ਹਿੰਦੁਸਤਾਨ, ਪਾਕਿਸਤਾਨ, ਮੁਸਲਮਾਨ, ਕਬਰਿਸਤਾਨ, ਸ਼ਮਸ਼ਾਨ, ਮੰਗਲ ਸੂਤਰ, ਗਾਏ, ਭੈਂਸ, ਬੱਕਰੀ, ਬਸ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਸੀ ਤੇ 2 ਜੂਨ ਨੂੰ ਅਰਵਿੰਦ ਕੇਜਰੀਵਾਲ ਨੂੰ ਮੁੜ ਤੋਂ ਜੇਲ੍ਹ ਦੇ ਵਿੱਚ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਸੀ ਅਤੇ ਅੱਜ ਤੋਂ ਹੀ ਅਰਵਿੰਦ ਕੇਜਰੀਵਾਲ ਨੇ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਦਾ ਨੋਟਿਸ ਮਿਲਣ ਤੋਂ ਬਾਅਦ ਲੁਧਿਆਣਾ ਤੋਂ ਮੌਜੂਦਾ MP ਰਵਨੀਤ ਬਿੱਟੂ ਨੂੰ ਆਪਣਾ ਘਰ ਖਾਲੀ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਆਪਣਾ ਘਰ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਦੀ ਜਿਹੜੀ ਰਕਮ ਸੀ ਉਹ ਨਗਰ ਨਿਗਮ ਨੂੰ ਅਦਾ ਕੀਤੀ ਏ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਹ ਕੇਵਲ ਅਤੇ ਕੇਵਲ ਸੂਬਾ ਸਰਕਾਰ ਦੀ ਸਰਾਸਰ ਧੱਕੇਸ਼ਾਹੀ ਹੈ। ਉਹਨਾਂ ਨੇ ਸੂਬੇ ਦੀ ਮਾਨ ਸਰਕਾਰ ਦੇ ਉੱਤੇ ਰਵਨੀਤ ਬਿੱਟੂ ਦੇ ਨਾਲ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਨੇ।
ਬੀਤੇ ਦਿਨ ਨਗਰ ਨਿਗਮ ਦਾ ਨੋਟਿਸ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਘਰ ਖਾਲੀ ਕਰ ਦਿੱਤਾ। ਲੰਘੇ ਕੱਲ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਤੇ ਨਗਰ ਨਿਗਮ ਨੂੰ ਅਦਾ ਕਰ ਦਿੱਤੇ। ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਦੀ ਸਾਜਿਸ਼ ਤਹਿਤ 2 ਕਰੋੜ ਰੁਪਏ ਦਾ ਨੋਟਿਸ ਉਹਨਾਂ ਨੂੰ ਸੌਂਪਿਆ ਗਿਆ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਬਿੱਟੂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਮਾਨ ਸਰਕਾਰ ਘਟੀਆ ਹਰਕਤਾਂ ਦੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਮੂਸੇ ਵਾਲੇ ਦੇ ਵਾਂਗ ਸਰਕਾਰ ਰਵਨੀਤ ਬਿੱਟੂ ਦੀ ਵੀ ਜਾਨ ਲੈਣਾ ਚਾਹੁੰਦੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਜ਼ਰੂਰ ਕਰਨਗੇ। ਇਸ ਮੌਕੇ ਉਹਨਾਂ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਇੱਕ ਤਾਂ ਨਾਮੀਨੇਸ਼ਨ ਕੈਂਸਲ ਕਰਨੀ, ਦੂਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ, ਉਹਨੂੰ ਇਸ ਤਰੀਕੇ ਨਾਲ ਵੀ ਬਾਹਰ ਸਿਕਿਉਰਿਟੀ ਤੋਂ ਉਹ ਕੋਈ ਫਿਕਰ ਨਹੀਂ, ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਅਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿਵੇਂ ਮਰਜ਼ੀ ਸ਼ਿਕਾਰ ਕਰ ਸਕਦੇ। ਸ਼ਿਕਾਰ ਗਿੱਦੜਾਂ ਦੇ ਹੁੰਦੇ ਆ, ਸ਼ੇਰਾਂ ਦੇ ਨਹੀਂ, ਸ਼ੇਰ ਦਾ ਸ਼ਿਕਾਰ ਨਹੀਂ ਹੁੰਦਾ ਕਦੇ। ਮਾਨ ਸਾਹਿਬ ਬੜਿੰਗ, ਇਸ ਕਰਕੇ ਦੋਨੋਂ ਤੁਸੀਂ ਰਲੇ ਹੋਏ ਦਿੱਲੀ ਅਤੇ ਚੰਡੀਗੜ੍ਹ, ਤੁਸੀਂ ਇਹ ਕੰਮ ਕੀਤਾ ਤਾਂ ਬੜੀ ਖੁਸ਼ੀ ਹੈ, ਕਿਉਂਕਿ ਤਦ ਤੱਕ ਬੰਦਾ ਤੱਕ ਨਿਕਲਦਾ ਹੈ, ਹੋਰ ਬੰਦਾ ਹੌਸਲੇ 'ਚ ਆਉਂਦਾ। ਅਤੇ ਇਸ ਕਰਕੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਕਿਉਂਕਿ ਬਾਅਦ ਦੇ ਵਿੱਚ ਇਹਦੀ ਸਾਰੀ ਕੋਈ ਵੀ ਗੱਲ ਕੋਈ ਹੁੰਦੀ ਆ, ਕਿਉਂਕਿ ਬਹੁਤ ਖਬਰਾਂ ਆ ਰਹੀਆਂ ਹੈ, ਬਹੁਤ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਹੜੇ ਆਫਿਸਰ ਸਾਹਿਬਾਨ ਵੀ ਵਿੱਚ ਬੈਠੇ ਆ, ਏਜੰਸੀਆਂ ਦੇ ਮਹਿਕਮਿਆਂ ਦੇ ਵਿੱਚ ਬੈਠੇ ਆ। ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਚੀਫ ਸੈਕਟਰੀ ਪੰਜਾਬ, ਡੀ ਜੀ ਪੀ ਪੰਜਾਬ ਅਤੇ ਅਖੀਰ 'ਚ ਇਹ ਜਿਹੜਾ ਲੁਟੇਰ ਟੋਲਾ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ, ਇਹਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਊਗੀ। ਜੋ ਕੁਛ ਇਹ ਕਰ ਰਹੇ ਆ, ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਅੱਜ ਲਿਖੂੰਗਾ, ਬਿਲਕੁਲ ਇੱਕ ਬਹੁਤ ਸੋਚੀ ਸਮਝੀ ਸਾਜਿਸ਼, ਕਿਉਂਕਿ ਇਹ ਕਿਸੇ ਹੱਦ ਤੱਕ ਵੀ ਡਿੱਗ ਸਕਦੇ। ਜਿਸ ਤਰੀਕੇ ਨਾਲ ਫੰਡ ਆਏ ਨੇ ਪਿਛਲੇ ਦਿਨਾਂ ਤੋਂ ਬਾਹਰੋਂ, ਜੋ ਕੇਜਰੀਵਾਲ ਫੜਿਆ ਗਿਆ, ਲੱਖਾਂ ਕਰੋੜ ਰੁਪਈਆ ਫੰਡ ਆਇਆ ਹੈ ਪਾਕਿਸਤਾਨ ਏਜੰਸੀਆਂ ਵਾਲੇ ਤੋਂ, ਇਹ ਕੁਛ ਵੀ ਕਰ ਸਕਦੇ। ਪਰ ਜਿਵੇਂ ਕਹਿੰਦੇ ਆ ਨਾ, ਜਿਹਨੂੰ ਉਹ ਰੱਖਣ ਵਾਲਾ ਹੈ ਉੱਤੇ ਵਾਲਾ ਰੱਖਣ ਵਾਲਾ ਹੈ, ਤੁਸੀਂ ਕੁਛ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਕਾਂਗਰਸ ਦਾ ਪੱਲਾ ਛੱਡ ਕੇ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਤੇ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ ਹੋਇਆ ਹੈ। ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਕੁ ਵੱਧ ਸਕਦੀਆਂ ਨੇ। ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਘਰ ਖਾਲੀ ਕਰ ਦਿੱਤਾ ਤੇ ਇਸ ਦੇ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੇ ਕੋਲ ਕਾਰਪੋਰੇਸ਼ਨ ਵੱਲੋਂ ਦਿੱਤੇ ਗਏ 3 ਘਰ ਸਨ ਤੇ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਰਵਨੀਤ ਬਿੱਟੂ ਨੇ ਜਿਸ ਕਿਸੇ ਦੇ ਕੋਲ ਵੀ ਆਪਣਾ ਘਰ ਅਤੇ ਗਹਿਣੇ ਗਿਰਵੀ ਰੱਖੇ ਨੇ ਉਹ ਉਸ ਬਾਰੇ ਜਾਣਕਾਰੀ ਦੇਣ। ਅੱਜ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਦੌਰਾਨ ਬਿੱਟੂ ਤੇ ਕਈ ਗੰਭੀਰ ਇਲਜ਼ਾਮ ਲਾਏ ਨੇ। ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਦੀ ਨੀਅਤ ਠੀਕ ਨਹੀਂ ਸੀ। ਉਹਨਾਂ ਨੇ ਸਾਲ 2016 ਤੋਂ ਬਾਅਦ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸੀ। ਨਗਰ ਨਿਗਮ ਨੇ ਨਿਯਮਾਂ ਦੇ ਤਹਿਤ ਹੀ ਬਿੱਟੂ ਨੂੰ ਘਰ ਖਾਲੀ ਕਰਨ ਤੇ ਉਸਦਾ ਬਕਾਇਆ ਕਿਰਾਇਆ ਅਦਾ ਕਰਨ ਦਾ ਨੋਟਿਸ ਦਿੱਤਾ ਸੀ।
ਵੜਿੰਗ ਦਾ ਕਹਿਣਾ ਹੈ ਕਿ ਬਿੱਟੂ ਨੇ ਕੁਝ ਘੰਟਿਆਂ ਦੇ ਅੰਦਰ ਹੀ ਇੰਨੀ ਵੱਡੀ ਰਕਮ ਰੁਪਏ ਦਾ ਇੰਤਜ਼ਾਮ ਕੀਤਾ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਤੇ ਗਹਿਣੇ ਕਿਸ ਕੋਲ ਗਿਰਵੀ ਰੱਖੇ ਨੇ। ਬਿਲਕੁਲ ਗਲਤ ਇਲਜ਼ਾਮ ਹੈ, ਕਿਸੇ ਦੀ ਸਾਜਿਸ਼ ਨਹੀਂ ਹੈ। ਹੁਣ NOC ਲੈਣੀ ਸੀ, ਆਮ ਆਦਮੀ ਪਾਰਟੀ ਦੀ 2.5 ਸਾਲ ਦੀ ਸਰਕਾਰ ਹੈ ਔਰ ਜਿਸ ਪ੍ਰਕਾਰ ਦੇ ਰਿਸ਼ਤੇ ਬਿੱਟੂ ਜੀ ਦੇ ਤੇ ਭਗਵੰਤ ਮਾਨ ਜੀ ਦੇ ਸਾਰੀ ਦੁਨੀਆਂ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ ਹੈ, ਹਰ ਵਿਅਕਤੀ ਨੂੰ ਪਤਾ ਹੈ। 2.5 ਸਾਲਾਂ ਦਾ ਤਾਂ ਘਰ ਕਿਸੇ ਨੇ ਛੁੜਾਇਆ ਨਹੀਂ, ਹੁਣ ਵੀ ਕਿਸੇ ਨੇ ਘਰ ਨਹੀਂ ਛੁੜਾਇਆ। ਉਹਨਾਂ ਨੇ ਕਿਹਾ ਕਿ ਯੂ ਆਰ ਨਾਟ ਆਥੋਰਾਈਜ਼ ਟੂ ਸਟੇ ਇਨ ਦਿਸ ਹਾਊਸ। ਉਹ ਜਦੋਂ ਡਾਕੂਮੈਂਟ ਕੱਢੇ ਉਹਨਾਂ ਨੇ NOC ਲੈਣ ਵਾਸਤੇ, ਪਿਛਲੇ ਵਾਰੀ ਤਾਂ ਧੁੱਤ ਮੁੱਥ ਚੱਲ ਗਿਆ, NOC ਲੈ ਲਈ ਤੇ ਕੰਮ ਚੱਲ ਗਿਆ। ਹੁਣ ਜਦੋਂ NOC ਲੈਣ ਗਏ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ 2016 ਤੋਂ ਲੈ ਕੇ ਨੀ ਕੁਝ ਭਰਿਆ। ਬਿੱਟੂ ਜੀ ਨੂੰ ਕਿਆ ਪਤਾ ਨਹੀਂ ਹੈ? ਬਿੱਟੂ ਜੀ ਇਹ ਦੱਸਦੇ, ਅੱਛਾ ਬਿੱਟੂ ਜੀ ਇਹ ਦੱਸਦੇ ਕਿ 2016 ਤੋਂ ਉਹਨਾਂ ਨੇ ਕੋਈ ਰੈਂਟ ਭਰੇ ਹੈ, ਕੋਈ ਚੈੱਕ ਦਿੱਤਾ ਹੈ? ਅਗਰ 2016 ਤੋਂ ਉਹਨਾਂ ਨੇ ਕੋਈ ਚੈੱਕ ਹੀ ਨਹੀਂ ਦਿੱਤਾ, ਫਿਰ ਹਾਊ ਕੈਨ ਬਿੱਟੂ ਜੀ ਸੇਜ਼ ਕਿ ਮੇਰੇ ਨਾਲ ਕੋਈ ਸਾਜਿਸ਼ ਹੋਈ ਹੈ? ਟੈਲ ਮੀ। ਉਹ ਜ਼ਮੀਨ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਪੁੱਛੋ ਵੀ ਕਿੱਥੇ ਗਿਰਵੀ ਰੱਖੀ ਹੈ। ਗਿਰਵੀ ਰੱਖਣ ਦਾ 1,83,00,000 ਰੁਪਏ ਔਰ ਕਿੰਨੇ ਕਿੱਲੇ ਸੀ? ਇਮੀਡੀਏਟਲੀ ਕਿਹੜੇ ਬੰਦੇ ਨੇ ਤੁਹਾਨੂੰ ਗਿਰਵੀ ਰੱਖਣ ਦਾ, ਕਿਹਦੇ ਨਾਲ ਐਗਰੀਮੈਂਟ ਹੋਇਆ, ਉਹ ਬੰਦਾ ਕੌਣ ਹੈ? ਤੇ ਐਡੀ ਛੇਤੀ ਉਹਨੇ 1,83,00,000 ਰੁਪਇਆ ਕਿਵੇਂ ਦਿੱਤਾ? ਇਹਦਾ ਮਤਲਬ ਉਹ ਜ਼ਮੀਨ ਬਹੁਤ ਕੀਮਤੀ ਹੋਏਗੀ। ਉਹ ਸਾਰਾ ਅਕਾਊਂਟ ਸਟੇਟਮੈਂਟ ਜਨਤਾ ਨੂੰ ਦੇਣ ਤੇ ਦੱਸਣ ਕਿਹਦੇ ਨਾਲ ਕਿੱਥੇ ਐਗਰੀਮੈਂਟ ਹੋਇਆ ਹੈ, ਤਾਂ ਪਤਾ ਲੱਗ ਜਾਏਗਾ ਵੀ ਇਸ ਬੰਦੇ ਨਾਲ ਐਗਰੀਮੈਂਟ ਹੋਇਆ, ਐਨੇ ਦੀ ਜ਼ਮੀਨ ਸੀ, ਸਾਨੂੰ ਉਹਦੀ ਵੈਲਿਊ ਕੋਸਟ ਪਤਾ ਲੱਗ ਜਾਏਗੀ। ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਦੇ ਉੱਤੇ ਸਰਾਸਰ ਬੇਇਨਸਾਫੀ ਕਰਨ ਦੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਦੇ ਵੱਲੋਂ ਇਹ ਨੋਟਿਸ ਦਿੱਤੇ ਜਾਣ ਤੋਂ ਬਾਅਦ ਰਵਨੀਤ ਬਿੱਟੂ ਨੇ ਜੋ ਘਰ ਖਾਲੀ ਕੀਤਾ ਉਸਦੇ ਉੱਤੇ ਸਿਆਸਤ ਹੋਰ ਕੀ ਰੁਖ ਇਖਤਿਆਰ ਕਰਦੀ ਹੈ। ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 1 ਜੂਨ ਤੱਕ ਅੰਤਰਿਮ ਜ਼ਮਾਨਤ ਤੇ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਨੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਕਦੀ ਸਿਆਸਤ ਵਿੱਚ ਨਹੀਂ ਆਉਣਗੇ ਤੇ ਉਹ ਕਾਂਗਰਸ ਨੂੰ ਭ੍ਰਿਸ਼ਟਾਚਾਰੀ ਪਾਰਟੀ ਦੱਸਦੇ ਸਨ, ਪਰ ਹੁਣ ਉਨ੍ਹਾਂ ਨੇ ਭ੍ਰਿਸ਼ਟਾਚਾਰੀ ਕਾਂਗਰਸ ਦੇ ਨਾਲ ਹੀ ਗੱਠਜੋੜ ਕਰ ਲਿਆ ਹੈ। ਇਸ ਤੋਂ ਇਲਾਵਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਬੇਈਮਾਨਾਂ ਦੀ ਪਾਰਟੀ ਹੈ। ਬੀਤੇ ਦਿਨ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ, ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਇਸ ਤੇ ਪ੍ਰਤੀਕਰਮ ਦਿੱਤਾ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਕੇਜਰੀਵਾਲ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਜੇ ਵੀ ਕਾਇਮ ਨੇ। ਉਹਨਾਂ ਨੂੰ ਸਿਰਫ਼ ਚੋਣ ਪ੍ਰਚਾਰ ਲਈ ਆਰਜ਼ੀ ਰਾਹਤ ਦਿੱਤੀ ਗਈ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਝੂਠੀ ਸਹੁੰ ਖਾ ਕੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਹੁਣ ਦੇਸ਼ ਭਰ 'ਚ ਉਸ ਨਾਲ ਸਮਝੌਤਾ ਕਰ ਲਿਆ ਹੈ। ਹਰਸਿਮਰਤ ਕੌਰ ਬਾਦਲ ਦੇ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਨੇ। ਭਗਵੰਤ ਮਾਨ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੇ ਨੇ, ਇਸ ਲਈ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਲਾਗੂ ਕੀਤੀ ਗਈ ਐਕਸਾਈਜ਼ ਪਾਲਿਸੀ 'ਤੇ ਮਾਨ ਸਰਕਾਰ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ। ਖੁਸ਼ੀ ਦਾ ਟਿਕਾਣਾ ਦੇਖੋ, ਇਹ ਭ੍ਰਿਸ਼ਟ ਬੰਦੇ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਤੇ ਵੋਟਾਂ ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਚ ਜਿਨ੍ਹਾਂ ਨੇ ਆਪਣੇ ਆਪ ਨੂੰ ਮਿਟਾਤਾ ਦੇਸ਼ ਦੀ ਖਾਤਰ, ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਅੰਨਾ ਹਜ਼ਾਰੇ ਦੇ ਮੋਢੇ ਤੇ ਚੜ ਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ, ਕਦੇ ਸਿਆਸਤ ਵਿੱਚ ਨਹੀਂ ਆਵਾਂਗਾ, ਆਪਣੇ ਬੱਚਿਆਂ ਦੀ ਸਹੁੰ ਖਾਂਦਾ ਸੀ,
ਤੇ ਫਿਰ ਸਿਆਸਤ ਵਿੱਚ ਵੀ ਆਇਆ, ਬੱਚਿਆਂ ਦੀ ਵੀ ਝੂਠੀ ਸਹੁੰ ਖਾਧੀ ਤੇ ਫਿਰ ਕਿਹਾ ਕਿ ਮੈਂ ਤਾਂ ਸਿਆਸਤ ਚ ਆ ਰਿਹਾ ਹੈਗਾ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਧੱਕਣ ਵਾਸਤੇ, ਤੇ ਫਿਰ ਉਸ ਭ੍ਰਿਸ਼ਟ ਕਾਂਗਰਸ ਦੇ ਨਾਲ ਸਰਕਾਰ ਵੀ ਬਣਾਈ ਤੇ ਹੁਣ ਦੇਸ਼ ਭਰ ਚ ਉਸ ਭ੍ਰਿਸ਼ਟ ਕਾਂਗਰਸ ਦੇ ਨਾਲ ਹੀ ਗੱਠਜੋੜ ਕਰ ਲਿਆ ਤੇ ਇਹ ਕੱਟਰ ਬੇਈਮਾਨ ਪਾਰਟੀ ਜਿਹਨੇ ਝੂਠ ਤੋਂ ਇਲਾਵਾ ਹੋਰ ਕੁਛ ਕਿਹਾ ਨਹੀਂ, ਇਹਨਾਂ ਦੀ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਸਬੂਤ ਕਿ ਜਿਹੜੇ ਕਹਿੰਦੇ ਸੀ ਸਾਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ, ਅੱਜ ਤੁਸੀਂ ਸੋਚੋ ਇਹਨਾਂ ਦਾ ਸਕੂਲ ਦਾ ਸਿੱਖਿਆ ਮੰਤਰੀ, ਇਹਨਾਂ ਦਾ ਹਸਪਤਾਲ ਦਾ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਭ੍ਰਿਸ਼ਟਾਚਾਰ ਚ ਜੇਲ੍ਹ ਚ ਬੰਦ ਨੇ ਤੇ ਇੰਨਾ ਬੇਸ਼ਰਮ ਬੰਦਾ ਕਿ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਜੇਲ੍ਹ ਚ ਮੈਂ ਬੰਦ ਰਵਾਂ। ਹੁਣ ਇਹਨੂੰ ਵੋਟਾਂ ਕਰਕੇ ਅਦਾਲਤ ਨੇ ਚੰਦ ਦਿਨਾਂ ਦੀ ਰਾਹਤ ਦਿੱਤੀ ਹੈ ਤੇ ਇਹ ਬੇਈਮਾਨ ਬੇਸ਼ਰਮ ਬੰਦੇ ਉਹਦੀ ਖੁਸ਼ੀ ਮਨਾ ਰਹੇ ਨੇ, ਨਾ ਕਿ ਇਹਦਾ ਕਿ ਸ਼ਰਮ ਕਰੇ ਕਿ ਭ੍ਰਿਸ਼ਟਾਚਾਰ ਚ ਤੂੰ ਅੰਦਰ ਗਿਆ ਹੈ, ਤੂੰ ਕੁਰਸੀ ਆਪਦੀ ਛੱਡਦਾ ਨਹੀਂ ਹੈਗਾ, ਇਹਦੀ ਸ਼ਰਮ ਦੇਣ ਤੋਂ ਬਜਾਏ ਖੁਸ਼ੀ ਮਨਾ ਰਹੇ ਨੇ। ਤੇ ਮੈਂ ਆਹ ਵੀ ਕਹਿ ਦਾਂ ਕਿ ਆਹ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਾਣ ਦੀ ਦੇਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਬੀਜੇਪੀ ਦਾ ਪੂਰਾ ਏਜੰਟ ਬਣ ਗਿਆ, ਕਿਉਂਕਿ ਇਹਨੂੰ ਵੀ ਪਤਾ ਕਿ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਉਹੀ ਘੁਟਾਲਾ ਭਗਵੰਤ ਮਾਨ ਨੇ ਪੰਜਾਬ 'ਚ ਕੀਤਾ ਹੈ ਤੇ ਕੇਜਰੀਵਾਲ ਨੂੰ ਅੰਦਰ ਧੱਕਦਾ ਅਗਲਾ ਨੰਬਰ ਕਿ ਭਗਵੰਤ ਮਾਨ ਦਾ ਲੱਗ ਜਾਏ, ਇਸ ਤੋਂ ਪਹਿਲੇ ਹੀ ਘੁਟਨੇ ਟੇਕ ਕੇ ਆਹੀ ਕਾਰਨ ਹੈ ਕਿ ਅੱਜ ਤਾਈਂ ਕੇਂਦਰ ਨੇ ਭਗਵੰਤ ਮਾਨ ਨੂੰ ਹੱਥ ਨਹੀਂ ਲਾਇਆ, ਜਦ ਉਹੀ ਪਾਲਿਸੀ ਕੇਜਰੀਵਾਲ ਨੇ ਕੀਤੀ ਕੇਜਰੀਵਾਲ ਨੂੰ ਅੰਦਰ ਧੱਕਦਾ ਤੇ ਪੰਜਾਬ ਦੇ ਲੋਕੀ ਜਾਗ ਜਾਣ, ਅੱਜ ਪੰਜਾਬ ਖਤਰੇ ਵਿੱਚ ਹੈ। ਜ਼ਿਕਰਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਅਜਿਹੇ ਵਿੱਚ ਵੇਖਣਾ ਇਹ ਹੋਵੇਗਾ ਕਿ ਕੀ ਉਹ ਇਸ ਵਾਰ ਆਮ ਆਦਮੀ ਪਾਰਟੀ ਦੇ ਅਤੇ ਬਾਕੀ ਉਮੀਦਵਾਰਾਂ ਨੂੰ ਸ਼ਿਕਸਤ ਦੇਣ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਸੰਗਰੂਰ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ ਤੇ ਇਸ ਮੌਕੇ ਅੱਜ ਉਹ ਫਿਰ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਵਿਖਾਈ ਦਿੱਤੇ। ਇਸ ਮੌਕੇ ਉਹਨਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬੇ ਦੀ ਮਾਨ ਸਰਕਾਰ ਦੇ ਵੱਲੋਂ ਹਰ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦੇ ਦਾਅਵੇ ਨੂੰ ਚੁਕਲਾਇਆ। ਉਹਨਾਂ ਕਿਹਾ ਕਿ ਜੇਕਰ ਕਿਸੇ ਨਾਲ ਗੱਲਬਾਤ ਕਰਕੇ ਪੁੱਛੋ ਤਾਂ ਉਹਦਾ ਕਹਿਣਾ ਹੈ ਕਿ ਉਸਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਨਾਲ ਹੀ ਸੁਖਪਾਲ ਖਹਿਰਾ ਨੇ ਬੀਜੇਪੀ ਦੇ ਉੱਤੇ ਵੀ ਸਿੱਧੇ ਨਿਸ਼ਾਨੇ ਸਾਧੇ ਨੇ। ਨਾਲ ਹੀ ਉਹਨਾਂ ਨੇ ਮਾਨ ਸਰਕਾਰ ਬਾਰੇ ਵੀ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਤਾਂ ਉਹ ਕੇਵਲ ਹਰਿਆਣਾ ਦੇ ਨੌਜਵਾਨਾਂ ਨੂੰ। ਸੰਗਰੂਰ ਦੇ ਪਿੰਡ ਨੌਦਰਾਣੀ ਦੇ ਵਿਖੇ ਚੋਣ ਪ੍ਰਚਾਰ ਕਰਦਿਆਂ ਹੋਇਆਂ ਸੁਖਪਾਲ ਖਹਿਰਾ ਨੇ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲਿਆਏ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ। ਸੁਖਪਾਲ ਖਹਿਰਾ ਨੇ ਭਾਜਪਾ ਤੇ ਨਿਸ਼ਾਨੇ ਸਾਧਿਆਂ ਕਿਹਾ ਕਿ ਭਾਜਪਾ ਸਰਕਾਰ ਮਜ਼ਦੂਰ ਦਲਿਤ ਅਤੇ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਤੇ 10 ਸਾਲਾਂ ਵਿੱਚ ਇਸ ਵਰਗ ਦੇ ਉੱਤੇ ਧੱਕਾ ਕੀਤਾ ਗਿਆ। ਦੂਜੇ ਪਾਸੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਵਿੱਚ ਕਿਸੇ ਵੀ ਪੰਜਾਬ ਦੇ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ, ਬਲਕਿ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇ ਉਹ ਬਾਹਰਲੇ ਸੂਬਿਆਂ ਤੋਂ ਆਏ ਹੋਏ ਨੌਜਵਾਨ ਨੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਜਿਸ ਪਿੰਡ ਦੇ ਵਿੱਚ ਉਹ ਅੱਜ ਖੜੇ ਹੋ ਕੇ ਚੋਣ ਪ੍ਰਚਾਰ ਕਰ ਰਹੇ ਨੇ ਉਸ ਪਿੰਡ ਵਿੱਚ ਵੀ ਕਿਸੇ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਹੋਵੇਗੀ। ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਦਾ ਜਿਹੜਾ ਰਾਜ ਰਿਹਾ ਇਸ ਦੇਸ਼ ਦੇ ਵਿੱਚ ਉਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਘੱਟ ਗਿਣਤੀਆਂ ਦੇ ਬਹੁਤ ਸਖ਼ਤ ਖਿਲਾਫ ਰਿਹਾ। ਉਹ ਸਾਰੇ ਉਹਨਾਂ ਦੇ ਹਕੂਕ ਖਤਰੇ ਚ ਪਏ ਨੇ। ਗਰੀਬ ਤਬਕਾ ਜਿਹੜਾ ਦੇਸ਼ ਦਾ, ਚਾਹੇ ਉਹ ਪਿੰਡਾਂ ਚ ਵਸਦੇ ਦਲਿਤ ਵਰਗ ਨੇ, SC ਵਰਗ ਨੇ, ਪਛੜੀਆਂ ਸ਼੍ਰੇਣੀਆਂ ਨੇ, ਕਿਸਾਨ, ਖੇਤ ਮਜ਼ਦੂਰ, ਉਹਨਾਂ ਨਾਲ ਭਾਰੀ ਵਿਤਕਰਾ ਕੀਤਾ ਇਸ ਸਰਕਾਰ ਨੇ। ਜੇ ਮੈਂ ਭਗਵੰਤ ਦੀ ਗੱਲ ਕਰਾਂ, ਉਹ ਵੀ ਬੜਾ ਸ਼ੋਰ ਮਚਾ ਰਿਹਾ। ਪਿਛਲੇ 2 ਸਾਲਾਂ ਤੋਂ ਇਹੀ ਸ਼ੋਰ ਮਚਾਈ ਜਾਂਦਾ ਕਿ ਮੈਂ ਨੌਕਰੀਆਂ ਦੇਤੀਆਂ, ਮੈਂ ਪਿੰਡਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਤਾ,
ਅਸੀਂ ਇੰਨੇ ਹਜ਼ਾਰ ਨੌਕਰੀ ਦਿੱਤੀ। ਪਰ ਮੈਂ ਜਦੋਂ ਪਿੰਡਾਂ 'ਚ ਜਾ ਕੇ ਪੁੱਛਦਾ ਕਿ ਦੋਸਤੋ ਦੱਸੋ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਹੈ, ਇੱਕ ਵੀ ਆਵਾਜ਼ ਨਹੀਂ ਉੱਠਦੀ, ਇੱਕ ਵੀ ਆਵਾਜ਼। ਜਾਂ ਤਾਂ ਉਹ ਨੌਕਰੀਆਂ ਪਹਿਲਾਂ ਦੇ ਮੁਲਾਜ਼ਮ ਲੱਗੇ ਹੋਏ ਸੀ ਉਹਨਾਂ ਨੂੰ ਪੱਕੇ ਕੀਤਾ, ਜਾਂ ਫਿਰ ਇਹ ਨੌਕਰੀਆਂ ਸਾਡੇ ਆ ਹਰਿਆਣੇ ਦੇ, ਰਾਜਸਥਾਨ ਦੇ, ਆਪਣੇ ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਨੌਜਵਾਨ ਬਾਹਰੋਂ ਆਣ ਕੇ ਸਾਡੀਆਂ ਪੰਜਾਬ ਦੀਆਂ ਨੌਕਰੀਆਂ ਲੈ ਗਿਆ। ਜਿਹੜੇ ਕਹਿੰਦੇ ਸੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਗਰੀਬਾਂ ਦੀ ਡਬਲ ਕਰਾਂਗੇ ਆਮਦਨ, ਦੋਸਤੋ ਮੈਂ ਤੁਹਾਨੂੰ ਪਾਰਲੀਮੈਂਟ ਦਾ ਫਿਗਰ ਦੇਣ ਲੱਗਿਆ, ਲੋਕ ਸਭਾ ਦਾ, ਮਤ ਸਮਝਣਾ ਮੈਂ ਕੋਲੋਂ ਬਣਾ ਰਿਹਾ। ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਅਮੀਰ ਘਰਾਣੇ ਨੇ ਇਸ ਦੇਸ਼ ਦੇ, ਜਿਹਨਾਂ ਦਾ ਨਾਮ ਤੁਸੀਂ ਅਕਸਰ ਸੁਣਦੇ ਹੋ, ਅਡਾਨੀ ਤੇ ਅੰਬਾਨੀ ਤੇ ਟਾਟੇ ਤੇ ਬਿਰਲੇ ਤੇ ਮਹਿੰਦਰੇ, 15 ਲੱਖ ਕਰੋੜ ਰੁਪਇਆ ਮਾਫ ਕੀਤਾ ਦੋਸਤੋ ਉਹਨਾਂ ਦਾ, 15 ਲੱਖ ਕਰੋੜ ਰੁਪਇਆ, ਔਰ ਪੈਸਾ ਵੀ ਤੁਹਾਡਾ ਸਾਰਾ। ਇਹਦੇ ਮੁਕਾਬਲੇ ਤੇ ਪੰਜਾਬ ਦੇ ਕਿਸਾਨ ਦਾ ਕਰਜ਼ਾ ਕਿੰਨਾ ਵਾ ਟੋਟਲ, ਬੈਂਕਾਂ ਦਾ, ਆੜਤੀਆਂ ਦਾ, ਸੁਸਾਇਟੀਆਂ ਦਾ, 1 ਲੱਖ ਕਰੋੜ, 15 ਗੁਣਾ ਘੱਟ। ਉਹ ਹੈਗਾ ਚੰਦ ਸੈਂਕੜੇ ਕੰਪਨੀਆਂ ਦਾ, ਅਮੀਰਾਂ ਦਾ, ਇਹ ਹੈਗਾ 12-13-14-15 ਲੱਖ ਪਰਿਵਾਰਾਂ ਦਾ, ਪਰ ਤੁਹਾਡਾ ਕਰਜ਼ਾ ਨਹੀਂ ਮਾਫ ਕੀਤਾ। ਸਾਫ ਸਪਸ਼ਟ ਹੋ ਗਿਆ ਕਿ ਉਹ ਕਿਸਾਨ ਵਿਰੋਧੀ ਆ, ਉਹ ਪੇਂਡੂ ਵਿਰੋਧੀ ਆ, ਉਹ ਖੇਤ ਮਜ਼ਦੂਰ ਵਿਰੋਧੀ ਆ, ਉਹ ਹੈਗਾ ਤੇ ਕੇਵਲ ਤੇ ਕੇਵਲ ਵੱਡੇ ਵਪਾਰੀਆਂ ਦਾ ਯਾਰ ਹੈ, ਦੋਸਤ ਆ ਬੀਜੇਪੀ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਨੇ ਤੇ ਰੋਜ਼ਾਨਾ ਚੋਣ ਪ੍ਰਚਾਰ ਕਰਦਿਆਂ ਹੋਇਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਵੇਖਣਾ ਇਹ ਹੋਵੇਗਾ ਕਿ ਇਸ ਵਾਰ ਸੁਖਪਾਲ ਖਹਿਰਾ ਸੰਗਰੂਰ ਤੋਂ ਬਾਜ਼ੀ ਮਾਰਨ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਸੰਗਰੂਰ ਦੇ ਲੋਕ ਕਿਸੇ ਹੋਰ ਉਮੀਦਵਾਰ ਤੇ ਹੀ ਆਪਣਾ ਵਿਸ਼ਵਾਸ ਜ਼ਾਹਿਰ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਨੇ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਜਿੱਥੇ ਉਨ੍ਹਾਂ ਨੇ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਹੈ, ਉੱਥੇ ਹੀ ਉਨ੍ਹਾਂ ਨੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ਕੰਮਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਧੂਰੀ ਹਲਕੇ ਦਾ ਮਾੜਾ ਹਾਲ ਹੈ, ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤਾਂ ਦੂਰ, ਜਿੱਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਵੀ ਨਹੀਂ ਆਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਧੂਰੀ ਪਹੁੰਚੇ। ਇੱਥੇ ਲੋਕਾਂ ਨੂੰ ਸੰਬੋਧਨ ਕਰਨ ਦੌਰਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਤੇ ਕਈ ਤਿੱਖੇ ਨਿਸ਼ਾਨੇ ਵਿੰਨੇ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਸਿਰਫ 1-2 ਵਾਰ ਧੂਰੀ ਆਏ ਨੇ, ਇੱਥੋਂ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ। ਜਿਸ ਹਲਕੇ ਨੇ ਮਾਨ ਨੂੰ ਸੀਐਮ ਬਣਾਇਆ ਹੈ ਉਸ ਹਲਕੇ ਦੀ ਸਾਰ ਵੀ ਨਹੀਂ ਲਈ ਗਈ। ਧੂਰੀ ਵੱਲ ਦੇਖ ਕੇ ਤੁਸੀਂ ਬਾਕੀ ਪੰਜਾਬ ਦੇ ਹਾਲਾਤਾਂ ਦਾ ਅੰਦਾਜ਼ਾ ਲਗਾ ਸਕਦੇ ਹੋ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਭਗਵੰਤ ਮਾਨ ਦਾ ਮਕਸਦ ਸਿਰਫ ਮੁੱਖ ਮੰਤਰੀ ਬਣਨਾ ਸੀ, ਉਹ ਲੋਕਾਂ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਸੁਖਬੀਰ ਬਾਦਲ ਨੇ ਸੀਐਮ ਮਾਨ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਸੰਗਤ ਦਰਸ਼ਨ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਸਨ ਅਤੇ ਸੀਐਮ ਮਾਨ ਸਿਰਫ ਚੁਟਕਲੇ ਸੁਣਾਉਣ 'ਚ ਮਾਹਿਰ ਨੇ। ਅੱਜ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਤੇ ਇਕੱਠ ਕਰ ਰਹੇ ਹਾਂ। ਜਿਹੜੇ ਹਲਕੇ ਦਾ ਮੁੱਖ ਮੰਤਰੀ ਹੁੰਦਾ ਉਸ ਹਲਕੇ ਦੇ ਲੋਕਾਂ ਨੂੰ ਤਾਂ ਚਾਅ ਹੀ ਬੜਾ ਹੁੰਦਾ। ਮੈਂ ਪੁੱਛ ਰਿਹਾ ਸੀ ਕਿ ਭਗਵੰਤ ਮਾਨ ਪਿਛਲੇ 2.5 ਸਾਲਾਂ 'ਚ ਕਿੰਨੀ ਵਾਰ ਧੂਰੀ ਆਇਆ। ਮੈਨੂੰ ਲੱਗਦਾ ਮੈਨੂੰ ਕਹਿੰਦੇ ਸੀ 2-3 ਵਾਰ ਵੀ ਨਹੀਂ ਮਸਾ ਹੀ ਆਇਆ। ਤੇ ਮੈਂ ਪੁੱਛ ਰਿਹਾ ਸੀ
ਕਿ ਧੂਰੀ ਸ਼ਹਿਰ ਵਿੱਚ ਕਿੰਨਾ ਪੈਸਾ ਭੇਜਿਆ। ਮੈਂ ਸਮਝਿਆ ਕਿ ਸ਼ਾਇਦ 100 ਕਰੋੜ ਭੇਜਤਾ ਹੋਊਗਾ। ਕਹਿੰਦੇ ਦੀਵਾਨੀ ਨਹੀਂ। ਮੈਂ ਕਿਹਾ ਪਿੰਡਾਂ ਵਿੱਚ ਗ੍ਰਾਂਟਾਂ ਆਈ ਹੋਣੀਆਂ, ਮੁੱਖ ਮੰਤਰੀ ਪਿੰਡ ਪਿੰਡ ਜਾਂਦਾ ਹੋਣਾ, ਆਪਣਾ ਧੰਨਵਾਦ ਕਰਨ ਵਾਸਤੇ ਵੀ ਨਹੀਂ ਆਇਆ। ਮੈਨੂੰ ਲੱਗਦਾ ਧੰਨਵਾਦ ਕਰਨ ਵਾਸਤੇ ਵੀ ਨਹੀਂ ਆਇਆ। ਆ ਮੈਨੂੰ ਗੋਲਡੀ ਜੀ ਦੱਸ ਰਹੇ ਸੀ, ਆ ਜਿਹੜੀ ਸੜਕ ਹੈ ਭਵਾਨੀਗੜ੍ਹ ਤੋਂ ਨਾਭਾ ਫਤਿਹਗੜ੍ਹ ਥੋੜ੍ਹੇ ਹਲਕੀ ਜਾਂਦੀ, ਕਹਿੰਦਾ ਸੜਕ 'ਤੇ ਝੋਨਾ ਬੀਜ ਕੇ ਆਏ ਹਾਂ। ਆਹ ਤਾਂ ਹਾਲਾਤ ਹੈ। ਮੁੱਖ ਮੰਤਰੀ ਬੰਨਾ ਸੌਖਾ ਹੈ, ਨਿਭਾਉਣੀ ਔਖੀ ਹੈ। ਆ ਸਮਝਿਆ ਕਿ ਮੁੱਖ ਮੰਤਰੀ ਅਸ਼ਕਚਾ ਹੈ, ਇਕੱਲਾ ਮੁੱਖ ਮੰਤਰੀ ਬਣ ਗਏ। ਇਹਨਾਂ ਨੇ ਇਕੱਲਾ ਮੁੱਖ ਮੰਤਰੀ ਬੰਨਾ ਸੀ, ਸੇਵਾ ਨਹੀਂ ਕਰਨੀ ਸੀ। ਤੁਸੀਂ ਜਾ ਕੇ ਲੰਬੀ ਹਲਕੇ ਜਾਓ ਜਿੱਥੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ 22 ਸਾਲ, ਹਰ ਮਹੀਨੇ ਮੁੱਖ ਮੰਤਰੀ ਹੁੰਦੇ, ਉਹ 3 ਦਿਨ ਲਾਉਂਦੇ ਸੀ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ। ਕੋਈ ਮਹੀਨਾ ਨਹੀਂ ਟੱਪਿਆ ਜਿੱਥੇ ਉਹ ਆਪ ਆ ਕੇ ਸੰਗਤ ਦਰਸ਼ਨ ਨਹੀਂ ਕਰਦੇ ਸੀ ਆਪਣੇ ਆਪਣੇ ਹਲਕੇ ਲੰਬੀ ਚ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦਿਆਂ ਹੋਇਆਂ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਸੀ, ਜਿਸ ਦਾ ਇੱਕੋ ਇੱਕ ਮਕਸਦ ਸੀ ਕਿ ਮੌਜੂਦਾ ਹਾਲਾਤਾਂ ਤੋਂ ਪੰਜਾਬ ਨੂੰ ਬਚਾਉਣਾ। ਵੇਖਣਾ ਇਹ ਹੋਵੇਗਾ ਕਿ ਕੀ ਉਹ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ। ਤੇ ਉਧਰ ਨਵ ਜੰਮੇ ਬੱਚੇ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਾਰਟੀ ਦੇ ਵੱਲੋਂ ਚੋਣ ਲੜਨ ਦਾ ਆਫਰ ਆਇਆ ਸੀ, ਨਾਲ ਹੀ ਉਹਨਾਂ ਨੇ ਲਾਰੈਂਸ ਬਿਸ਼ਨੋਈ ਤੇ ਤਿੱਖੇ ਸਵਾਲ ਖੜੇ ਕੀਤੇ ਨੇ ਤੇ ਉਹਨਾਂ ਨੇ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਵੀ ਗੱਲ ਆਖੀ। ਪਰਿਵਾਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਮੀਡੀਆ ਦੇ ਨਾਲ ਰੂਬਰੂ ਹੋਏ। ਉਹਨਾਂ ਦੱਸਿਆ ਕਿ ਨਵਜੰਮੇ ਬੱਚੇ ਨੂੰ ਗੁਰੂ ਘਰ ਦਾ ਆਸ਼ੀਰਵਾਦ ਦਿਵਾਉਣ ਵਾਸਤੇ ਉਹ ਗੁਰੂ ਘਰ ਮੱਥਾ ਟੇਕਣ ਆਏ ਨੇ, ਨਾਲ ਹੀ ਉਹਨਾਂ ਨੇ ਚੋਣ ਲੜਨ ਨੂੰ ਲੈ ਕੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਨੇ ਚੋਣ ਲੜਨ ਦੀ ਆਫਰ ਦਿੱਤੀ ਸੀ। ਉਹਨਾਂ ਇਹ ਵੀ ਕਿਹਾ ਕਿ ਜਦੋਂ ਸਮਾਂ ਮਿਲੇਗਾ ਲੁਧਿਆਣਾ ਜਾ ਕੇ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਤੇ ਇਨਸਾਫ ਦੀ ਗੱਲ ਆਖੀ। ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਆਫਰ, ਪਰੰਤੂ ਮੈਂ ਮੇਰੀ ਘਰੇਲੂ ਪੁਜੀਸ਼ਨ ਇਸ ਸਮੇਂ ਬੱਚਾ ਲੈਣਾ ਸੀ, ਕੁਛ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ, ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ, ਸਾਰੇ ਖਿਲ ਰਿਹਾ ਪਿੱਲਰ, ਤਾਂ ਮੈਨੂੰ ਥੋੜ੍ਹਾ ਜਿਹਾ ਪਰਿਵਾਰ ਨੂੰ ਸਾਡੇ ਆਪਦੇ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ। ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜ੍ਹਾ ਜਿਹਾ ਇੰਨਾ ਜ਼ਿਆਦਾ ਫਿੱਟ ਨਹੀਂ ਸੀ, ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਤਾਂ ਆਉਂਦੇ ਰਹਿੰਦੇ ਨੇ, ਕੋਈ ਗੱਲ ਕਰੇ ਫਿਰ ਵੇਖ ਲਾਂਗੇ, ਪਰੰਤੂ ਪਹਿਲਾਂ ਘਰੇਲੂ ਪੁਜੀਸ਼ਨ ਨੂੰ ਮਜ਼ਬੂਤ ਕਰਨਾ ਥੋੜ੍ਹਾ ਜ਼ਿਆਦਾ। ਬਾਪੂ ਜੀ, ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਣ ਲੜ ਰਹੇ ਨੇ, ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਜ਼ਰੂਰ? ਬਿਲਕੁਲ ਕਰਾਂਗੇ ਜੀ, ਜਿੰਨਾ ਕੁ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਹੈ, ਆਪਣੇ ਚਾਹੇ ਚੰਨੀ ਸਾਹਿਬ ਹੋਣ, ਬਾਈ ਵੜਿੰਗ ਹੋਣ, ਪਾਰਟੀ ਨਾਲ ਸਾਰਿਆਂ ਨਾਲ ਵਧੀਆ। ਇਨਸਾਫ ਦਾ ਤਾਂ ਤੁਸੀਂ ਜਿੱਥੇ ਤੱਕ ਸਟੇਟ ਦੀ ਗੌਰਮੈਂਟ ਆ, ਲਾਅ ਐਂਡ ਆਰਡਰ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਹੈ। ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਿੱਧੂ ਦੀ ਮੌਤ ਹੋਈ, ਕਿਉਂਕਿ ਜੇ ਅਸੀਂ ਸਕਿਉਰਟੀ ਵਿਡਰਾ ਕੀਤੀ ਤਾਂ 24 ਆਵਰ ਦੇ ਵਿੱਚ ਉਹਦੀ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ।
ਜਦਕਿ ਉਸ ਤੋਂ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗਨਮੈਨ ਤੋਂ ਸੀ, ਸਾਨੂੰ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮੈਨ ਇੱਕ ਆਇਆ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਦੇ ਵਿੱਚ ਆਉਂਦੇ ਸੀਗੇ, ਬਲਤੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰੋਸ਼ੀ ਹੋ ਗਈ ਜਾਂ ਇੱਕ ਸਰ ਬੜਵਾ ਸਰ ਸਰ, ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਿਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਵੀ ਇਹਦਾ ਨੁਕਸਾਨ ਹੋ ਜਾਵੇ। ਔਰ ਮੈਂ ਸੀ ਐਮ ਸਾਹਿਬ ਨੂੰ ਇਸ ਰਿਗਾਰਡਿੰਗ ਮਿਲ ਵੀ ਚੁੱਕਿਆ ਵੀ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਵੇ, ਨਹੀਂ ਕਰ ਰਹੇ। ਤੁਹਾਡੇ ਸਾਹਮਣੇ ਲਾਰੈਂਸ ਦੀ ਵੀਡੀਓ ਹੈ, 1.5 ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ, ਮਤਲਬ ਮੁਲਜ਼ਮ ਹੈ, 7 ਤੇ 8 ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਰਹਿੰਦਾ ਹੈ ਤਾਂ ਵੀਡੀਓ ਬਣ ਜਾਂਦੀ ਹੈ, ਪਬਲਿਸ਼ ਵੀ ਹੋ ਜਾਂਦੀ ਹੈ ਯੂਟਿਊਬ ਤੋਂ। ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹਦੇ ਤੇ, ਮਾਨਯੋਗ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ, ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ। ਪਰ ਫਿਰ ਵੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਹਾਲੇ ਤੱਕ ਵੀ ਨਾਰੇ ਤੇ ਨਾਰਾ ਲਾਈ ਜਾਂਦੇ। ਮੈਨੂੰ ਤਾਂ ਇਹ ਲੱਗਦਾ ਵੀ ਇਸ ਇੱਕ ਨਕਸ਼ ਹੈ ਜਿਹਦੇ ਨਾਲ ਪੋਲੀਟੀਸ਼ੀਅਨ ਨੇ ਜਿਹੜੇ ਇਹ ਔਰ ਗੈਂਗਸਟਰ ਇਹ ਰਲੇ ਹੋਏ ਨੇ, ਗੈਂਗਸਟਰ ਕੇਵਲ ਵਰਤੇ ਜਾ ਰਹੇ ਨੇ, ਦਿਮਾਗ ਸਾਰਾ ਇਹਨਾਂ ਲੋਕਾਂ ਦਾ। ਇਸ ਮੌਕੇ ਕਈ ਸਿਆਸੀ ਪਾਰਟੀਆਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਂ ਤੇ ਸਿਆਸਤ ਵੀ ਕੀਤੀ ਜਾਂਦੀ ਹੈ, ਪਰ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਦੋਂ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ, ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਜ਼ਮਾਨਤ ਤੇ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਕੀਤੀ ਪਹਿਲੀ ਪ੍ਰੈਸ ਕਾਨਫਰੰਸ, ਭਾਜਪਾ ਦੀ ਕੇਂਦਰ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ। ਕੇਜਰੀਵਾਲ ਦੀ ਪ੍ਰੈਸ ਕਾਨਫਰੰਸ 'ਚ ਸ਼ਾਮਿਲ ਹੋਏ ਸੀ ਐਮ ਮਾਨ ਨੇ ਕੀਤਾ ਵੱਡਾ ਦਾਅਵਾ, ਕਿਹਾ ਆਮ ਆਦਮੀ ਪਾਰਟੀ ਤੋਂ ਬਿਨਾਂ ਨਹੀਂ ਬਣੇਗੀ ਸੈਂਟਰ 'ਚ ਸਰਕਾਰ। ਨਗਰ ਨਿਗਮ ਦਾ ਨੋਟਿਸ ਮਿਲਣ ਤੋਂ ਬਾਅਦ ਬਿੱਟੂ ਨੇ ਘਰ ਕੀਤਾ ਖਾਲੀ, ਕਿਹਾ ਘਰ ਅਤੇ ਗਹਿਣੇ ਗਿਰਵੀ ਰੱਖ ਕੇ ਦੇ ਰਿਹਾ 2 ਕਰੋੜ ਦੀ ਰਕਮ। ਰਵਨੀਤ ਬਿੱਟੂ ਦੇ ਘਰ ਖਾਲੀ ਕਰਨ ਨੂੰ ਲੈ ਕੇ ਵੜਿੰਗ ਨੇ ਦਿੱਤਾ ਬਿਆਨ, ਕਿਹਾ 2016 ਤੋਂ ਨਹੀਂ ਦਿੱਤਾ ਸੀ ਬਿੱਟੂ ਨੇ ਕਰਾਇਆ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਦੇ ਨਾਲ। ਧੰਨਵਾਦ।